बिस्मिल्लाहिर्रहमानिर्रहीम। अस्सलाम वालेकुम। उम्मीद कर दी मेरे भैन भरा ठीक होंगे। अल्हम्दुलिल्लाह सी भी ठीक है। अल्लाह पाक तुहानू खुश रखे, आबाद रखे। अज दा व्लॉग कर दे शुरू। अगे ना पोचा मैं कर रही थी तो हूँ ना फिर मैं थक गई तो इमरान हूँ पोचा कर दे रल मिल के असं जरा काम खत्म करेंगे इंशाल्लाह। इतने असं किया रंग पा के ना सीमट पक्का रंग किया जरा ना इतना हम भुरन लग गया कलर की वजह तो इस करके असं क्या डोए के ब्रश न खुचा ताकि छत्ती क्या साफ हो जाए। बाकी तो उधर पोचा थोड़ा जहा लगा लिया उधरली साइड से इधरली साइड से लगा। वैसे तो मैं अच्छे तरीके ने झाड़िया सी फिर भी ना थोड़ा बहुत रह गया क्योंकि ऊंचाई ते है ना। इस तरह बड़ा इस पर ढकन बड़ा गोल दायरा बनाया जिड़ी मिट्टी की किनारी है ना छोटी जी इन असं दरम्यान च बना रहे ताकि ना ज़्यादा प्यारा खूबसूरत लगे कलर और है भी गोल चीज़ है। मुकद्दस पोचा तो छोड़ दे तू अंदरों चीज़ा चुक लाया जी पईया है ठीक है ना तो झाड़ू फेर ला पोचा मिला लेना क्योंकि बारिश शुरू हो खली है हल्के हल्के बूंदाबांदी हो रही है छड़ दे बिच रख दे फेर लेना चुक के ना सारा पानी छिड़क के ना झाड़ू फेर दे अलहमदुल्ला जी सारे समान जरा मैं जोड़ लिया वा तो सिर्फ लाटू दिखाने किचन के कि सैटिंग की
ਇੱਥੇ ਨਾ ਕਾਫੀ ਕੁਝ ਖਿਲਿਆ ਸੀ, ਲੱਕੜੀਆਂ ਵੀ ਤੇ ਚਾਰਪਾਈਆਂ ਵਗੈਰਾ ਸੀਗੇ, ਸੋ ਸਾਰਾ ਸਮਾਨ ਜਿਹੜਾ ਬਾਹਰ ਕੱਢਿਆ, ਲੱਕੜੀਆਂ ਜਿਹੜੀਆਂ ਸੀ ਖੁੱਡੇ ਦੇ ਉੱਤੇ ਜੋੜ ਦਿੱਤੀਆਂ ਵਾ, ਤੇ ਅਗਰ ਬਾਰਿਸ਼ ਹੋਈ ਤੇ ਮੌਸਮ ਹੋਇਆ ਤਾਂ ਫਿਰ ਖੁੱਡੇ ਦੇ ਅੰਦਰ ਰੱਖ ਦੇਣ, ਕਿਉਂਕਿ ਖੁੱਡੇ ਦੇ ਅੰਦਰ ਜਗ੍ਹਾ ਹੈਗੀ ਇੱਕ ਸਾਈਡ, ਜੇ ਘਰ ਦੇ ਵਿੱਚ ਨਾ ਖਾਲ ਨਹੀਂ ਪਏਗਾ। ਔਰ ਮਾਸ਼ਾਅੱਲਾ ਜੀ ਆ ਹੈਗੀ ਆ ਪੁਰਾਣੇ ਦੂਸਰਾ ਕੀ ਕਹਿੰਦੇ ਲੱਸੀ ਰੜਕਣੇ ਵਾਲਾ ਨਾਲੇ ਆ ਬੋਰਡ ਆ, ਤੇ ਇਹਦੇ ਸਿਰਫ ਸਾਈਡਾਂ ਤੋਂ ਰਹਿ ਗਏ, ਇਹ ਵੀ ਸਾਫ਼ ਕਰ ਦਿੰਦੀ ਹੈ ਤਾਂ ਕਿ ਨਾ ਬੁਰਾ ਨਾ ਲੱਗੇ, ਬਾਕੀ ਤਾਂ ਮਾਸ਼ਾਅੱਲਾ ਖੂਬਸੂਰਤ ਲੱਗਣ ਲੱਗ ਗਿਆ। ਤੁਸੀਂ ਦੀਵਾਰ ਦੇਖ ਰਹੇ ਹੋਗੇ ਕਿ ਇੱਥੇ ਮੈਂ ਬਣਾਏ ਹੋਏ ਸੀ ਪੌਦੇ, ਤੇ ਸਾਰੇ ਜਿਹੜੇ ਨਾ ਮਿਟਾ ਦਿੱਤੇ, ਪੋਚਾ ਲਗਾ ਦਿੱਤਾ ਸਹੀ ਦੀਵਾਰ ਤੇ, ਹੁਣ ਇੱਥੇ ਨਾ ਕੋਈ ਹੋਰ ਤਰ੍ਹਾਂ ਦਾ ਡਿਜ਼ਾਇਨ ਬਣਾਵਾਂਗੇ ਤਾਂ ਕਿ ਤੁਹਾਨੂੰ ਅੱਛਾ ਲੱਗੇ, ਸਾਨੂੰ ਵੀ ਅੱਛਾ ਲੱਗੇਗਾ। ਔਰ ਜਿਹੜਾ ਵਾ ਬਾਕੀ ਇਹਦਾ ਡਿਜ਼ਾਇਨ ਇਹ ਵੀ ਸੋਹਣਾ ਕਰ ਦਿੱਤਾ, ਤੇ ਇੱਥੇ ਜਦੋਂ ਚੁੱਲ੍ਹਾ ਬਾਲਦੇ ਸੀ ਅੱਗ ਤੇ, ਇੱਥੇ ਸਾਰੀ ਨਾ ਕਾਲਕ ਫੈਲੀ ਹੋਈ ਸੀਗੀ, ਇਹ ਕਿ ਸਾਰਾ ਕੁਛ ਜਦੋਂ ਝਾੜ ਦਿੱਤਾ ਨਾ ਸਾਫ਼ ਸੁਥਰਾ ਹੋ ਗਿਆ, ਹੁਣ ਭੋਰਾ ਕਾਲਕ ਨਹੀਂ ਹੈਗੀ, ਰਹਿ ਗਈ ਜਿਹੜੀ ਛੱਤ ਹੈ ਇਹਦੇ ਕਾਰਨ ਤੁਹਾਨੂੰ ਪਤਾ ਕਿ ਕਾਲੇ ਰਹਿਣੇ ਆ, ਇਹ ਤਾਂ ਹੁਣ ਜਦੋਂ ਅੱਗ ਤੇ ਰੋਜ਼ ਹੀ ਬਲਦੀ ਹੈ। ਪਹਿਲੇ ਮੈਂ ਸੋਚਿਆ ਸੀ ਕਿ ਨਾ ਦੂਸਰਾ ਜਿਹੜਾ ਮੂਹਰੋਂ ਬਣ ਦੂਸਰਾ, ਔਰ ਤੁਸੀਂ ਕੁਰਸੀ ਵੀ ਦੇਖ ਰਹੇ ਹੋਗੇ ਕਿ ਇਹਦੇ ਨਾਲ ਪੋਚੇ ਸਾਰੇ ਨੇ ਗੰਦੀ ਹੋਈ ਪਈ ਹੈ, ਤੇ ਇਹ ਵੀ ਧੋਣੇ ਵਾਲੀ ਹੈ, ਤੇ ਨਾਲ ਜਿਹੜੀ ਆ ਦੂਸਰਾ ਪੀੜੇ ਜਿਹੜੇ ਨਾ ਇਹਨਾਂ ਨੂੰ ਪਹਿਲੇ ਧੋ ਦਿੰਦੀ ਹੁੰਦੀ ਸੀਗੀ, ਅਤੇ ਪਰ ਸਿਸਟਰ ਨੇ ਕਮਿਟ ਕੀਤਾ ਸੀ ਕਿ ਇਹਨਾਂ ਨੂੰ ਪੀੜੇ ਨੂੰ ਧੋਈ ਦੇਣੀ, ਕਿਉਂਕਿ ਲੱਕੜ ਦੀ ਆ, ਅਤੇ ਜਿਹੜੇ ਰਸੇ ਉਹਨਾਂ ਨੂੰ ਪੀੜੇ ਨੂੰ ਸਾਫ਼ ਕਰਕੇ ਕਰ ਦਾਂਗੀ, ਕੱਢ ਕੇ ਨਾ ਅਤੇ ਅੰਦਰ ਰੱਖ ਦਿੰਦੀ ਹੈ, ਕਿ ਮੌਸਮ ਵੀ ਕਾਫ਼ੀ ਖਰਾਬ ਹੋਇਆ, ਬੱਦਲ ਦੇਖੀ ਕਿੱਦਾਂ ਹੋਏ ਪਏ, ਬਾਰਿਸ਼ ਸ਼ੁਰੂ ਹੋ ਗਈ। ਮੰਜੀਆਂ ਰੱਖੀਏ, ਅੱਜ ਚੰਗਾ ਕੀਤਾ ਕਿ ਜਿਹੜਾ ਅਸੀਂ ਨਾ ਬਾਹਰ ਕਲਰ ਨਹੀਂ ਕੀਤਾ। ਅਸੀਂ ਬਾਰਿਸ਼ ਹੋਣੀ ਮੈਂ ਇਸ ਵਾਸਤੇ ਚਲਾ ਗਿਆ ਸੀ ਬਾਜ਼ਾਰ ਛਾਪਰ ਲੈਣ ਵਾਸਤੇ। ਇਹ 12x12 ਦਾ ਲਿਆਂਦਾ ਖੋਲ ਖੋਲ ਕਿਤਨੀ ਪਿਆਰੀ ਸਮਾਇਲ ਹੈ ਅੰਮਾ ਜੀ ਕੀ, ਹੈ ਨਾ ਰੂਮ ਕਿਚਨ ਇਨਕਾ। ਮਾਂ ਜੀ ਆਪਕਾ ਕਿਚਨ ਕੈਸਾ ਹੋ ਗਿਆ? ਅੱਛਾ ਹੋ ਗਿਆ। ਯੇ ਕਿਆ ਹੈ? ਸੋਹਣਾ ਬੜਾ ਵਧੀਆ। ਨਹੀਂ ਇਹਨੂੰ ਕੀ ਕਹਿੰਦੇ? ਕਿਚਨ ਚਿਕਨ। ਮਾਂ ਜੀ ਇੱਧਰ ਦੇਖੋ, ਤੁਸੀਂ ਇੱਧਰ ਦੇਖੋ, ਤੁਸੀਂ ਇਹਨੂੰ ਕੀ ਕਹਿੰਦੇ? ਕਿਚਨ ਚਿਕਨ। ਕਿਚਨ ਨਹੀਂ ਕਿਚਨ ਚਿਕਨ। ਅੱਛਾ ਅੰਮਾ ਜੀ ਕੀ ਇਹ ਦੇਖ ਲੇ ਬਾਤ ਕਿ ਇਹ ਚਿਕਨ ਤੋਂ ਬੋਲਤੀ ਹੈ ਔਰ ਕਿਚਨ ਨਹੀਂ ਬੋਲ ਸਕਤੀ। तो चिकन चिकन और किचन में क्या फर्क है? अच्छा कितने आँख वाला किचन किचन। हाँ देखा कितना इजीली है माँ जी। सब हुण आ गया। हाँ जी आ गया। अब आपने बिल्कुल सही बोला, किचन सही बात है क्या माँ जी? हाँ चीज़ें तो मोस्टली आप देखती रहती हैं, लेकिन मैं जब भी आती हूँ तो मैं इनको कैप्चर करती हूँ बड़े शौक से। शरिया दी पका ला तो मैं ਪਕਾਵਾਂ ਤਾਂ ਮੁੜ ਵਿੱਚ ਗਿਆ, ਪਕਾਵਾਂ ਮੁੜ ਵਿੱਚ ਗਿਆ, ਉਹਨਾਂ ਕੋਲੋਂ ਮੁੜ ਮੁੜ ਬਚਦੀ ਹੈ। ਕੀ ਅੰਮਾ ਜੀ ਕੀ ਪਕਾਉਣਾ ਸੀ? ਸੌਂਗ ਸੌਂਗ ਕੀ ਉਹਦੇ ਨਾਲ ਅਲਹਮਦੁਲਿਲਾ ਜੀ ਰੋਟੀ ਵੀ ਬਣ ਗਈ, ਨਾਲ ਅੰਡਾ ਹੋ ਗਿਆ, ਕਿ ਸਾਲਾਂ ਨਾਲ ਹੈ ਨਹੀਂ ਸੀਗਾ ਇਸ ਕਰਕੇ ਨਾ, ਅਤੇ ਬੜੇ ਦਿਨਾਂ ਬਾਅਦ ਜਾ ਕੇ ਨਾ ਅੱਜ ਕਾਲੀ ਮਿਰਚ ਅਤੇ ਨਮਕ ਵਾਲਾ ਨਾ ਅੰਡਾ ਬਣਾਇਆ ਵਾ, ਅਤੇ ਅੰਮਾ ਜੀ ਕਹਿ ਰਹੇ ਸੀ ਅੰਡੇ ਆਪਾਂ ਨਾ ਕਾਫੀ ਦਿਨ ਹੋ ਗਏ ਨਹੀਂ ਬਣਾਇਆ ਹੈਗਾ ਅਤੇ ਅੱਜ ਬਣਾਈਏ, ਅਤੇ ਫਿਰ ਅੱਜ ਅੰਡੇ ਬਣਾ ਰਹੇ, ਔਰ ਅੰਮਾ ਜੀ ਨੂੰ ਰੋਟੀ ਦੇ ਦਿੱਤੀ, ਅੰਮਾ ਜੀ ਅੰਦਰ ਬੈਠੇ ਚਾਰ ਪੇ 'ਚ ਖਾਂਦੇ, ਅਤੇ ਮੈਂ ਇਹਦੇ ਨਾਲ ਚੁੱਲ੍ਹੇ ਕੋਈ ਬੈਠ ਕੇ ਅਤੇ ਖਾਣਾ ਸ਼ੁਰੂ ਕਰ ਦਿਆ।
सुबह तो सी के हवा भी इन्नी ठंडी चलन रही है तो छापर तुम कि हिलन दिया तो सारा घर जो थले गिला होया पे इन्नी बारिश ही हुई है ये कहना हम बारिश की वजह तो उन्होंने ठंडी हवा चलन लग गई पहले तो इदा होंगे सूर्य निकलता सी तो गर्मी महसूस होती फिर तो ठंड आ गई लकड़ा ना काफ़ी वड्डिया सी इस करके मैं कि छोटियां कर दूँ मैंने ताकि मैं अग बालनी ना मैंने सौखी हो जाऊगी तो अम्मा जी सुबह सुबह ही लग गए खबे तो अजाना हो रही है चुप कर दे अल्लाह की बंदी रो रो ना ले आओ माँ जी माशाल्लाह इन्हों कट के तड़का लाना लो जी माशाल्लाह अम्मा जी ले आई हैं मर्चा कहते कि मैनू ये तड़क के दो ਮੁਕਦੋ ਦੇਖ ਮਿਰਚਾਂ ਦੇ ਚਮਚ ਮਾਰੀ ਹਿਲ ਜਲ ਜਾਣੀ ਆ ਮਾਂ ਅੱਗ ਬੜੀ ਤੇਜ਼ ਹੈ ਤੁਸੀਂ ਦੋਵੇਂ ਗੱਲਾਂ 'ਚ ਕਰਦੇ ਹੋ ਤਾਂ ਮੇਰਾ ਜ਼ਿਹਨ ਅਚਾਨਕ ਧਿਆਨ ਪੈ ਗਿਆ ਤੇ ਜਲ ਜਾਣੀ ਅਸੀਂ ਨਹੀਂ ਜਲਦੀ ਮਾਸ਼ਾਅੱਲਾ ਜੀ ਅੰਮਾ ਜੀ ਦੀ ਫਰਮਾਇਸ਼ ਤੇ ਮਿਰਚਾਂ ਤਿਆਰ ਹੋ ਰਹੀਆਂ अम्मा जी के काम तुम चेक करो अम्मा जी हम कह रहे कि ना मिर्चा जी ना दूसरा तल फ्राई करके देखी है हम अम्मा जी रोटी खाने से अम्मा जी कहते कि मूँह फटदा वा तेज आ तिखिया वा तो बिच ना हम चीनी पानी ताकि ना कि मिठा जड़ियाँ तिखिया ना घट जाए अम्मा जी बस कि चीनी इन्नी बहुत ये पा दो चुनी हूँ मेरी जरा मूँह सड़ता हूँ नहीं सड़ूगा अम्मा जी दी अखा चेक करो अम्मा जी इधर देखियो अम्मा जी इधर देखियो क्या देखे खानिया में अगर कौड़िया में अगर कोई नहीं है तुसी अलहमदुल्ला जी पिलर जड़े ना खुश हो गए अच्छे तरीके लोहे के तार वाले ब्रश न झाड़िया चंगे तरीके फिर पोचा लाया तो हम माशाल्लाह जी जो कलर से ना उत्तर तो जान छुट गई खत्म हो गया तो हम उपर जो चढ़ के ना तो मैं कर लगी बाले ना साफ करना फिर क्या देखो कि मिट्टी उत्तर जमी हुई है जो तो पिलर झाड़िया से ना तो करके मिट्टी उत्तर नहीं पड़ी इस तरह कुट के साफ कर ਕਣੀਆਂ ਤੇਜ਼ ਹੋ ਗਈਆਂ ਤੇ ਹੁਣ ਜਿਸ ਤਰ੍ਹਾਂ ਛਾਪਾ ਜਿਹੜਾ ਸੁੱਕਾ
ਮਧਾਣੀ ਦੇਖੋ ਕਿੰਨੀ ਗੰਦੀ ਇਹਨੂੰ ਵੀ ਨਾ ਧੋ ਦਿੰਦੀ ਹਾਂ ਤਾਂ ਕਿ ਧੋ ਕੇ ਨਾ ਸਾਫ਼ ਸੁਥਰੀ ਹੋ ਜਾਏਗੀ ਇਨ ਸ਼ਾ ਅੱਲਾਹ ਅੰਮੀ ਸਾਬਣ ਇੱਥੇ ਰੱਖ ਦਿਓ ਮੈਂ ਧੋਣੀ ਆ ਕੀ ਛਾਪੜ ਗਿੱਠੀ ਦੇ ਉੱਤੇ ਜੇ ਛਾਪੜ ਦਿੱਤੇ ਨਾ ਤੇਟ ਰੱਖ ਦੀ ਆ ਤੇ ਹਵਾ ਨਾ ਇੰਨੀ ਤੇਜ਼ ਚੱਲਦੀ ਨਾ ਗੇਟ ਫਿਰ ਡਿੱਗ ਜਾਂਦੀ ਸੈਰ ਕੀ ਬਣਦੀ ਛਾਪੜ ਉੜ ਗਈ ਜੀ ਮਾਸ਼ਾਅੱਲਾ ਜੀ ਮਧਾਣੀ ਦੇ ਕਿੰਨੀ ਸੋਹਣੀ ਨਿਕਲ ਆਈ ਹੈ ਕਿੱਦਾਂ ਕਾਲੀ ਹੋਈ ਉਸ ਮਿੱਟੀ ਦੇ ਨਾਲ ਹੈ ਜੀ ਦੇਖੋ ਸਹੀ ਧੋਤੀ ਹੈ ਨਾ ਚੰਗੀ ਰਗੜ ਰਗੜ ਕੇ ਧੋਤੀ ਜਿਹਦਾ ਕੱਪੜੇ ਅੰਮਾ ਜੀ ਇਹ ਮੈਂ ਚੰਗੀ ਤਰ੍ਹਾਂ ਮਾਰਿਆ ਵਾ ਇਹ ਅੱਧੀ ਲੱਕੜੀ ਇੱਦਾਂ ਦੀ ਆ ਪੰਜ ਛੇ ਵਾਰੀ ਧੋਤਾ ਚੱਪਾ ਹੀ ਵੱਡਾ ਇਹ ਹਾਂਜੀ ਇਹ ਲੋ ਲੋ ਜੀ ਇੰਨਾ ਮੈਂ ਪੰਜ ਛੇ ਵਾਰੀ ਕੂਚ ਲਿਆ ਤੇ ਅੰਮਾ ਜੀ ਹਜੇ ਕਹਿੰਦੇ ਜਾਨੇ ਸਭ ਸੁਭੀ ਮਾਰੇ ਉਸੇ ਮੈਂ ਬੁਰਾ ਦੀ ਗੱਲ ਕਰਦੀ ਪਈ ਅੰਮਾ ਜੀ ਲੋਹੇ ਦੀ ਸੁਭੀ ਮਾਰੀ ਲੋਹੇ ਦੀ ਪਸੰਦ ਨੀ ਆਣਾ ਅਮਾ ਜੀ ਹੁਣ ਦੱਸੋ ਕਿੱਦਾਂ ਤੋਂ ਥਾਵਾਂ ਤੇ ਇੱਥੇ ਹੋਰ ਮਾਰ ਜਾਂਦੀ ਆ ਮੈਂ ਧੋਤੀ ਹੈ ਅਤੇ ਅੰਮਾ ਜੀ ਨੂੰ ਪਸੰਦ ਨਹੀਂ ਅੰਮਾ ਜੀ ਕਹਿੰਦੇ ਕਹਿੰਦੇ ਮੈਂ ਧੋਨੀ ਹਾਂ ਅਤੇ ਤਾਂ ਕਹਿੰਦਾ ਸੋਹਣੀ ਨਿਖਰ ਆਵੇ ਅੱਜ ਦੇ ਵਲੋਗ ਦਾ ਇੱਥੇ ਐਂਡ ਕਰਾਂਗੇ ਉਮੀਦ ਕਰਦੀ ਮੇਰੇ ਭੈਣ ਭਾਈਆਂ ਨੂੰ ਸਾਡਾ ਅੱਜ ਦਾ ਵਲੋਗ ਪਸੰਦ ਆਏਗਾ ਤਾਂ ਸਾਡੇ ਚੈਨਲ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਔਰ ਆਪਣੀ ਫੈਮਿਲੀ ਨੂੰ ਸ਼ੇਅਰ ਕਰੋ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ ਆਬਾਦ ਰੱਖੇ ਆਪਣਾ ਔਰ ਆਪਣੀ ਫੈਮਿਲੀ ਦਾ ਬਹੁਤ ਜ਼ਿਆਦਾ ਖਿਆਲ ਰੱਖਿਓ ਅੱਲਾਹ ਹਾਫਿਜ਼